ਤੁਹਾਡੇ ਪਿਆਰ ਵਾਸਤੇ ਲਾਹੌਰੋਂ ਆਏ ਨੇ ਹਾਲਾਂ ਦਾ ਨਾਲ ਮਿਸਤਰੀ ਲੱਗੇ ਆ ਅੱਲਾ ਦਾ ਸ਼ੁਕਰ ਇਹਨਾਂ ਦੇ ਪਿਆਰ ਦੀ ਖਾਤਰ ਮੈਂ ਇੱਥੇ ਆਈ ਹਾਂ ਮੇਰੇ ਘਰ ਮਿਸਤਰੀ ਲੱਗੇ ਹੁਣ ਦੌੜ ਕੇ ਜਾ ਉਹ ਮਿਸਤਰੀ ਤੇਰੀ ਮਾਂ ਨੂੰ ਲੱਗੇ ਵਾਹ ਏ ਭੈਣੇ ਤੁਹਾਡੀ ਉਹ ਨਹੀਂ ਜੀ ਨਹੀਂ ਇਹ ਤੇ ਮਹਿਮਾਨ ਆਈ ਜੀ ਇੱਥੇ ਜੀ ਅੱਛਾ ਸਾਡੇ ਵਾਂਗੂ ਹੀ ਹੈ ਸਾਡੇ ਨਾਲ ਹੀ ਸਵਾਉਂਗੇ ਨਾ ਹਾਂ ਜੀ ਹਾਂ ਜੀ ਮਹਿਮਾਨ ਖਾਨ ਅਸਲਾਮ ਅਲੈਕਮ ਜੀ ਵਾਲੇਕਮ ਸਲਾਮ ਕੀ ਹਾਲ ਏ ਬਿਲਕੁਲ ਠੀਕ ਤੁਸੀਂ ਕੌਣ ਮੈਂ ਤੁਹਾਨੂੰ ਪੁੱਛਿਆ ਕਿ ਤੁਸੀਂ ਕੌਣ ਮੈਂ ਤਾਂ ਚੁਗਲ ਖੋਰਾਂ ਤੁਹਾਨੂੰ ਦੱਸਾਂ ਮੈਂ ਕੌਣ ਆ ਔਰਤਾਂ ਦੀ ਇੱਜ਼ਤ ਕਰਿਆ ਕਰੋ ਤੁਸੀਂ ਵੀ ਮਰਦਾਂ ਦੀ ਇੱਜ਼ਤ ਕਰਿਆ ਕਰੋ ਤੁਸੀਂ ਜਦੋਂ ਦੇ ਦੁਪੱਟੇ ਲੈਣੇ ਛੱਡ ਦਿੱਤੇ ਨੇ ਆ ਤੁਹਾਡੀ ਇੱਜ਼ਤ ਕਰਨੀ ਛੱਡ ਦਿੱਤੀ ਤੁਸੀਂ ਅੱਜ ਦੁਪੱਟਾ ਸ਼ੁਰੂ ਕਰੋ ਲੈਣਾ ਅਸੀਂ ਅੱਜ ਤੋਂ ਤੁਹਾਡੀ ਇੱਜ਼ਤ ਕਰੀਏ ਕਦਮ ਕਦਮ ਤੇ ਤੁਹਾਨੂੰ ਆਪਣੀ ਬੁੱਢੀ ਬਣਾਈਏ ਬੁੱਢੀ ਤੋਂ ਇਥੋਂ ਤਸ਼ੀਫ ਲਿਆਇਓ ਲੋਰੋ ਆਉਂਦਾ ਸਾਰਾ ਹੀ ਲੋਰੋ ਨੇ ਆ ਵੇਖੋ ਨਾ ਕਾਲੇ ਲੋਰ ਲੋ ਆਇਆ ਕਿਹੜੇ ਕਾਲੇ ਲੋਰ ਲੋ ਆਇਆ ਕਾਲੇ ਲੋਰ ਹੀ ਚੋਵੇ ਲੋਰੇ ਚ ਉਹ ਨਿਕਲਿਆ ਵੀ ਕਾਲਾ ਹੀ ਹੈ ਕਾਲਾ ਨਿਕਲਿਆ ਤੇ ਕਜਾ ਤੇਰੇ ਮਾਂ ਪਿਓ ਨੇ ਨਾ ਹਾਂ ਕਾਲਿਆਂ ਨੂੰ ਕੱਢੀਆਂ ਨੇ ਗਾਲਾਂ ਤੂੰ ਕੋ ਕਾਲਾ ਬਦਲਾ ਲੈ ਗਿਆ ਕੀ ਲੋਰ ਆਇਆ ਜੀ ਲੋਰ ਕੀ ਹੈ ਜੀ ਯਾਦਗਰ ਤੇ ਸਾਡੇ ਕੁਝਣਾ ਵਾਲੇ ਵੀ ਘੰਟਾ ਘਰ ਹੈ ਹਾਂ ਜੀ ਉਹ ਘੰਟਾ ਘਰ ਹਰ ਘੰਟੇ ਬਾਅਦ ਟਨ ਟਨ ਕਰਦਾ ਵੇਖਿਆ ਜਿੰਨਾ ਦਾ ਘਰ ਹੋਇਆ ਉਹਨਾਂ ਨੂੰ ਪਤਾ ਹੈ ਟਨ ਟਨ ਵੇਖੇ ਇਹ ਸ਼ੁਰੂ ਤੋਂ ਕਾਲਾ ਹੈ ਨਹੀਂ ਇਹ ਦੁਨੀਆ ਤੇ ਹੋਇਆ ਉਹ ਨਹੀਂ ਜੀ ਨਹੀਂ ਮੈਂ ਬਿਲਕੁਲ ਠੀਕ ਸਾਂ ਪਹਿਲੋਂ ਇਹਦੀ ਮਾਂ ਢੇਡੇ 'ਚ ਮੈਲ ਰੱਖਦੀ ਸੀ ਠੀਕ ਹੈ ਬੱਚਿਆ ਮੈਂ ਘਬਾ ਚੱਲ ਝੂਠਿਆ ਹਾਂ ਇਹਨੇ ਇੱਕ ਪਠਾਨ ਲੈ ਗਏ ਸਨ ਉਹਨਾਂ ਨੂੰ ਮਜ਼ਾ ਨਹੀਂ ਆਇਆ ਜਾਂਦੇ ਅੱਗ ਲਾ ਗਏ ਅੱਗ ਲਾ ਅੱਛਾ ਤੁਹਾਨੂੰ ਤੁਹਾਨੂੰ ਇਹ ਤੁਹਾਨੂੰ ਇਹ ਗੱਲ ਪਠਾਨ ਨੇ ਦੱਸੀ ਹੈ ਜਾਂ ਪਠਾਨ ਤੁਹਾਨੂੰ ਵੀ ਉਸ ਜਗ੍ਹਾ ਤੇ ਪਿਆ ਜਿੱਥੇ ਇਹਨੂੰ ਪਿਆ ਅੱਛਾ ਮੇਰੇ ਵਾਰੀ ਨਹੀਂ ਇਹਦੇ ਵਾਰੀ ਆ ਹਾਂ ਇਧਰ ਤੇ ਆਓ ਪੈਂਟ ਪਾਈ ਹੈ ਜੀ ਤੁਹਾਨੂੰ ਫਾਇਦੇ ਨੇ ਨਾ ਕੀ ਮਤਲਬ ਮੱਛਰ ਤਰਸਦਾ ਕਿ ਮੈਂ ਕਿਸੇ ਚੂਹੇ 'ਚ ਜਾਵਾਂ ਹਾਂ ਤੇ ਸਾਡੇ ਭੰਗੂੜੇ ਨਾਲ ਜਦੋਂ ਮਰਜ਼ੀ ਲਮਕਿਆ ਰਹਿੰਦਾ ਤੂੰ ਭੰਗੂੜਾ ਵੇਖਿਆ ਨਹੀਂ ਕੱਲ ਤੇ ਕਹਿ ਰਿਹਾ ਚੌਧਰੀ ਹੁਣ ਢਾਈ ਦੇ ਕਰੋ ਗੱਲ ਕੀ ਐਵੇਂ ਕੰਮ ਅੱਛਾ ਗੱਲ ਐ ਔਰਤ ਦੀ ਹਫਾਜ਼ਤ ਕਰਿਆ ਕਰੋ ਉਹ ਕਿਉਂ ਜੀ ਵੇਖੋ ਸੀਨੇ ਦੇ ਬੰਬ ਬਣ ਕੇ ਲੱਗੇ ਫਿਰ ਜੀ ਤੇ ਅਸੀਂ ਜਿਹੜਾ ਅੱਲਾ ਦਾ ਸ਼ੁਕਰ ਹੈ ਮਜਾਹਦ ਔਰਤ ਸੀਨੇ ਦੇ ਬੰਬ ਬਣ ਕੇ ਸਰੇ ਆਪ ਫਿਰ ਗਿਆ ਮਰ ਜਾ ਤਾਰ ਕੋ ਨਿੱਕੀ ਜਿਹੀ ਸ਼ੁਰ ਲਈ ਉਹ ਵੀ ਲੁਕਾਈ ਜੇ ਜੇ ਮਰਦਾਂ ਨੂੰ ਇਹ ਗੱਲ ਕਹਿਣੀ ਹੈ ਨਾ ਪਿਓ ਦੀ ਧੀ ਹੈ ਤੂੰ ਆਪਣੇ ਬੰਬ ਵਾਹ ਅਸੀਂ ਤੈਨੂੰ ਸਾਰੇ ਆਪਣੇ ਮਜ਼ਾਇਲ ਦਾ ਵਹਾਈਏ ਤੇ ਆਪਣਾ ਪਿਓ ਦਾ ਪੁੱਤਰ ਹੀ ਨਹੀਂ ਸਾਡੇ ਕੋਲ ਮਜ਼ਾਲ ਵੀ ਤੇ ਨਾਲ ਥੱਲੇ ਦੋ ਗ੍ਰਨੇਡ ਵੀ ਮਜ਼ਾਲ ਜਿਹੜਾ ਨਾ ਮਜ਼ਾਲ ਉਹ ਚੂਹ ਨੂੰ ਵੱਜਦਾ ਤੇ ਗ੍ਰਨੇਡ ਥੱਲਿਓ ਇਹ ਗ੍ਰਨੇਡ ਕੀ ਹੁੰਦੇ ਨੇ ਜੀ ਇਹ ਗ੍ਰਨੇਡ ਕੀ ਹੁੰਦੇ ਨੇ ਇਹ ਗ੍ਰਨੇਡ ਵੱਜਿਆ ਨਾ ਤੇ ਤੂੰ ਆਇਆ ਕੀ ਕਰ ਰਿਹਾ ਯਾਰ ਅੱਛਾ ਜੀ ਕੀ ਕਹਿ ਰਹੇ ਹੋ ਮਰੋਤਰੀਆਂ ਦੀ ਫੜਕੜੀ ਲਵੋ ਜੇ ਅਗਲੇ ਮਹੀਨੇ ਤੁਸੀਂ ਕਦੇ ਕਾਰੀਗਰ ਹੋ ਜੇ ਮੂੰਹ ਨਾ ਪਾਣੀ ਨਾ ਕਰ ਸਕੋ ਤੇ ਜੇ ਅਸਾਂ ਮੂੰਹ ਨਾਲ ਹੀ ਕੱਢਣਾ ਤਾਂ ਪੰਪ ਖੇ ਖਾਣ ਨੂੰ ਰੱਖੇ ਬਿਲਕੁਲ ਠੀਕ ਤਬੀਤਾ ਪੀਲਾ ਫਿਰ ਜਿਹੜੇ ਮਰਜ਼ੀ ਪੀਲਾ ਭਾਵੇਂ ਇੱਧਰ ਆ ਜਾ ਆ ਪਿਆ ਕੇ ਤੀਸਰਾ ਗੱਲ ਕਰੀ ਮੈਂ ਕਿ ਬਹੁਤ ਪਰੇਸ਼ਾਨ ਆ ਕਿਉਂ ਕੋਈ ਅਲਫੀ ਪਾ ਗਏ ਠੰਡੀ ਫਾਸ਼ਲ ਫਰਿੱਜ ਰੱਖੀ ਕੀ ਗੱਲ ਭੈਣ ਕਿੰਨਾ ਤੁਹਾਡਾ ਤੇ ਕੰਮ ਹੀ ਨੇੜੇ ਦਾ ਕੰਮ ਹੈ 50,000 ਤੁਸੀਂ ਤੇ ਨੇੜੇ ਚ ਝਗੜ ਬੰਦ ਪਵਾਉਂਦੀਆਂ ਤਮੀਜ਼ ਨਾ ਕਰ ਕਰਨੀ ਐਡੀ ਸ਼ੋਹ ਕਿਤੇ ਰਹਿੰਦੀ ਨਹੀਂ ਮੈਨੂੰ 1.5 ਲੱਖ ਆਇਆ 1.5 ਲੱਖ ਮੈਂ ਜਾ ਕੇ ਵਾਪਸ ਕਾਲਿਆਂ ਨਾਲ ਲੜੀ ਮੈਂ ਕਿਹਾ ਟੁੱਟ ਕੇ ਮਰਨੇ ਹੋ ਕਾਲਾ
डेढ़ लाख ने समानी बिजली भी तेरे खाते पाती। मैं चुप करके पुआ के आ गई भैन। मेरा भरा जो होने वाला सी मेरी अम्मी नू क्रास पै गया, फिर तीन महीने बाद पास हाथ पै गया, दो चावल ओनू कोई फौरी लै गया सिर्फ जान जान करी। हां सहेली की गल है, क्यों परेशान है दस मैनू? मेरा ना मैं बंदा जा ना कभी इधरों मारता कभी इधरों मारता, तू आ साडा तो मारता नसीबा नहीं है। हां मेरा बंदा तो एक पासे भी चजना नहीं मारता, जो दोवे पासे मरवा के नहीं ना तू खुश तो खुश तू कभी भी नहीं होना। जेड़ी औरत दोवे पासे मरवांदी काले बच्चे जमदियां, जेड़ी एक पासे मरवांदी ओ तेरे ओ